ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਲਗਾਤਾਰ ਤਬਾਹ ਕਰਨ ਲਈ ਨਸ਼ਿਆਂ ਦੇ ਤਸਕਰਾਂ ਨੂੰ ਸਖ਼ਤ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜਾਂ ਤਾਂ ਨਸ਼ਿਆਂ ਦੀ ਸਮਗਲਿੰਗ ਛੱਡ ਦਿਓ, ਨਹੀਂ ਤਾਂ ਸਖ਼ਤ ਅਤੇ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਹੋ ਜਾਓ। ਮੁੱਖ ਮੰਤਰੀ ਨੇ ਇੱਕ ਵੀਡੀਓ ਰਿਕਾਰਡਿੰਗ ਰਾਹੀਂ ਟਵੀਟ ਕਰਦੇ ਹੋਏ ਕਿਹਾ ਕਿ ਉਹਨਾਂ ਦੀ ਸਰਕਾਰ ਵੱਲੋਂ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਦੀ ਸਰਕਾਰ ਵੱਲੋਂ ਇਸ ਸਮੱਸਿਆ ਨਾਲ ਨਿਪਟਣ ਲਈ ਕਾਨੂੰਨ ਵਿੱਚ ਤਬਦੀਲੀ ਲਿਆਦੀ ਜਾਵੇਗੀ। ਕੁਝ ਦਿਨਾਂ ਤੋਂ ਪੰਜਾਬ ਦੇ ਵਿੱਚ ਨਸ਼ਿਆਂ ਦਾ ਬਹੁਤ ਰੌਲਾ ਚੱਲ ਰਿਹਾ ਹੈ, ਬਹੁਤ ਲੋਕ ਉਹ ਨਸ਼ਿਆਂ ਦੇ ਨਾਲ ਪੂਰੇ ਹੋ ਗਏ ਨੇ ਅਤੇ ਇਹ ਗੱਲ ਪੰਜਾਬ ਦੇ ਵਿੱਚ ਸਾਡੇ ਹੁੰਦੇ ਨਹੀਂ ਹੋ ਸਕਦੀ। ਅਸੀਂ ਪਰਸੋਂ ਦੇ ਲੱਗੇ ਹੋਏ ਹਾਂ ਬੜੀ ਸਖਤੀ ਨਾਲ, ਔਰ ਮੈਂ ਇਸ ਇਸ਼ੂ 'ਤੇ ਕਿ ਜਿਹੜਾ ਲੋਕ ਇੱਥੇ ਵੇਚ ਰਹੇ ਨੇ ਬਹੁਤ ਸਖਤੀ ਅਸੀਂ ਵਰਤਾਂਗੇ, ਕਾਨੂੰਨ ਬਦਲਣਾ ਹੈ ਉਹ ਵੀ ਬਦਲਾਂਗੇ, ਔਰ ਅਸੀਂ ਦੇਖਾਂਗੇ ਕਿ ਇਹ ਚੀਜ਼ ਪੰਜਾਬ ਦੇ ਵਿੱਚ ਨਹੀਂ ਹੋਣੀ। ਜੋ ਲੋਕ ਇਸ ਚੀਜ਼ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਵਾਸਤੇ ਜੋ ਵੀ ਅਸੀਂ ਉਹਨਾਂ ਦਾ ਇਲਾਜ ਕਰਵਾ ਸਕਦੇ ਹਾਂ ਉਹ ਮੈਂ ਹੈਲਥ ਮਿਨਿਸਟਰ ਸਾਹਿਬ ਨੂੰ ਕਿਹਾ ਹੋਇਆ ਕਿ ਪ੍ਰਾਈਵੇਟ ਕਲੀਨਿਕਸ ਦੇ ਵਿੱਚ ਜਾਂ ਸਰਕਾਰੀ ਕਲੀਨਿਕਾਂ ਵਿੱਚ ਇਹ ਜਾ ਕੇ ਉਹਨਾਂ ਦਾ ਪ੍ਰਬੰਧ ਕਰਵਾਉਣ ਤਾਂ ਕਿ ਉੱਥੇ ਕਰ ਸਕਣ। ਔਰ ਜਿਹੜੇ ਲੋਕ ਇਹਦੇ ਵਿੱਚ ਵੇਚਦੇ ਨੇ ਨਸ਼ਿਆਂ ਨੂੰ, ਇਹ ਮੈਂ ਉਹਨਾਂ ਨੂੰ ਵਾਰਨਿੰਗ ਦਿੰਦਾ ਕਿ ਅਗਰ ਇਹ ਵੇਚਣ ਤੋਂ ਇਹਨਾਂ ਨੇ ਨਹੀਂ ਹਟਿਆ ਅਸੀਂ ਹੁਣ ਬੜੀ ਇੰਨੀ ਸਖਤੀ ਕਰਾਂਗੇ ਕਿ ਇਹਨਾਂ ਨੂੰ ਪਤਾ ਨਹੀਂ ਲੱਗਣਾ ਕਿ ਇਹਨਾਂ ਨੂੰ ਬਚਿਆ ਕੀ ਹੈ। ਇਹ ਗੱਲ ਨਹੀਂ ਅਸੀਂ ਇੱਥੇ ਹੋਣ ਦੇਣੀ, ਬਹੁਤ ਹੋ ਚੁੱਕਿਆ, ਬਹੁਤ ਨੁਕਸਾਨ ਤੁਸੀਂ ਪੰਜਾਬ ਦਾ ਕਰਾ ਦਿੱਤਾ। ਔਰ ਜਿਹੜੇ ਵੀ ਤੁਸੀਂ ਹੋ ਜਿਹੜੀ ਗੱਲ ਕਰਦੇ ਹੋ, ਮੇਰੇ ਵੱਲੋਂ ਮੈਂ ਸਪਸ਼ਟ ਕਰਨਾ ਚਾਹੁੰਦਾ ਇੱਕ ਵਾਰ ਫਿਰ ਕਿ ਇਹ ਗੱਲ ਨਹੀਂ ਹੋਏਗੀ, ਅਸੀਂ ਕਾਨੂੰਨ ਬਦਲਾਂਗੇ ਔਰ ਮੌਤ ਦੀ ਸਜ਼ਾ ਵਾਸਤੇ ਵੀ ਮੈਂ ਸੈਂਟਰ ਨੂੰ ਲਿਖਾਂਗਾ ਕਿ ਜਿਹੜੇ ਬੰਦੇ ਇਹ ਕਰਨ ਉਹਨਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ। ਕੀ ਦੇਖ ਰਹੇ ਹੋ ਪਟਿਆਲਾ ਟੀਵੀ, ਪਟਿਆਲਾ ਟੀਵੀ ਜੋੜੇ ਆਪ ਜੀ ਨੂੰ ਸੋਹਣੇ ਪੰਜਾਬ ਅਤੇ ਦੇਸ਼ ਨਾਲ, ਹਮੇਸ਼ਾ ਦੇਖਦੇ ਰਹੋ ਪਟਿਆਲਾ ਟੀਵੀ।